ਅਸਲਾਮ ਵਾਲੇਕਮ ਦੋਸਤੋ, ਅੱਜ ਇੱਕ ਅਸੀਂ ਬੜੀ ਯੂਨੀਕ ਚੀਜ਼ ਲੈ ਕੇ ਆ ਗਏ ਹਾਂ। ਅੱਜ ਆਤਫ ਭਾਈ ਨੇ ਜਨਾਬ ਇੱਕ ਐਸੀ ਪ੍ਰੋਡਕਟ ਲਿਆਂਦੀ ਹੈ ਜਿਹੜੀ ਕਮਰ ਦਰਦ ਦਾ, ਪੇਟ ਦਾ ਵਜ਼ਨ ਘੱਟ ਕਰੇਗੀ, ਮੋਢੇ ਸਹੀ ਕਰੇਗੀ, ਜਨਾਬ ਲੱਤਾਂ ਪੈਰਾਂ ਦੀ ਵਰਜਿਸ਼ ਪੂਰੀ ਜ਼ਬਰਦਸਤ ਆਤਫ ਭਾਈ ਲੱਗੇ ਨੇ। ਆਤਫ ਭਾਈ, ਸਭ ਤੋਂ ਪਹਿਲੇ ਦੱਸੋ ਜਨਾਬ, ਇਹ ਪ੍ਰੋਡਕਟ ਆਈ ਕਿੱਥੋਂ ਤੁਹਾਡੇ ਕੋਲ? ਅੱਛਾ, ਸਰਕਾਰ ਬੜੀ ਚਸ ਲੈ ਰਹੇ ਲੱਗਦਾ ਮੈਨੂੰ। ਇਹ ਤੇ ਨਾਲ ਝੂਟੇ ਦੇ ਝੂਟੇ ਦੇ ਨਾਲ ਪੇਟ ਹੋਲਾ, ਹੁਣ ਕਾਹਦੀ ਲੱਗ ਰਹੀ ਵਰਦੇ ਫਿਲਹਾਲ? ਪੇਟ ਦੀ ਤੇ ਬਾਹਾਂ ਦੇ ਡੋਲੇ ਛੋਲੇ ਵੀ ਬਣ ਜਾਂਦੇ ਨੇ। ਕਿਆ ਹੀ ਬਾਤ ਹੈ। ਲੋ ਜੀ, ਆਤਫ ਭਾਈ ਨੇ ਨਵੇਂ ਤੋਂ ਨਵੀਂ ਚੀਜ਼ ਜਨਾਬ ਲੈਣ ਦੀ ਹੈ। ਆਤਫ ਭਾਈ, ਇਹ ਕਿੰਨੇ ਦੀ ਲੱਭੀ ਜੇ? ਬੜੀ ਜ਼ਬਰਦਸਤ ਯਾਦ ਕਰ ਲਈ ਇਹ ਮਸ਼ੀਨ ਲਿਆਂਦੀ ਆਤਫ ਭਾਈ ਨੇ ਜਿਹੜੇ ਨਾ ਵਰਜਿਸ਼ ਵਾਸਤੇ। ਇਹ ਸੁਬਹ ਸੁਬਹ ਕਰਨੀ ਕੇ ਰਾਤੀ ਕਰੋ? ਕਰੋ ਨਰਮੇ ਪੇਟ ਠੀਕ ਹੋ ਗਿਆ ਤੇ ਖਾਣਾ ਛਾਣਾ ਖਾ ਕੇ ਨਰਮੇ ਪੇਟ। ਕਿਆ ਬਾਤ ਹੈ। ਇਹ ਜਨਾਬ ਇਹਦਾ ਸਿਸਟਮ ਕੀ ਹੈ, ਮੈਨੂੰ ਸਮਝਾਓ ਜ਼ਰਾ। ਇਹ ਨਰਮ ਹੈ ਕਿ ਸਖਤ ਹੈ? ਥੱਲੋਂ ਦਰਮਿਆਨੀ ਜਿਹੀ ਨਾ, ਬਹੁਤੀ ਸਖਤ ਹੈ। ਅੱਛਾ, ਤੇ ਫਿਰ ਅੱਗੂ ਕੀ ਹਿਸਾਬ ਕਿਤਾਬ ਹੈ? ਤੁਸੀਂ ਪੇਟ ਦੀ ਵਰਜਿਸ਼, ਬਾਦਵਾਂ ਦੀ ਮਸਲ, ਡੋਲੇ ਛੋਲੇ ਆਦਿ। ਅੱਛਾ ਅੱਛਾ, ਠੀਕ ਹੋ ਗਿਆ, ਮਹਿਸੂਸ ਨਹੀਂ ਹੋ ਰਿਹਾ। ਠੀਕ ਹੈ, ਤੇ ਇਸ ਤਰ੍ਹਾਂ ਦਿਹਾੜੇ ਤੁਹਾਨੂੰ ਮਹਿਸੂਸ ਹੋਵੇ ਜੀ, ਉਸ ਤੋਂ ਬਾਅਦ ਤੁਸੀਂ ਫਰੈਸ਼ ਹੋ। ਤੇ ਸਪਰਿੰਗਾਂ ਦਾ ਕੀ ਹਿਸਾਬ ਹੈ ਇਹਨਾਂ ਦਾ? ਸਪਰਿੰਗ ਜਨਾਬ ਥੋੜੇ ਜਿਹਾ ਸਖਤ ਨੇ। ਅੱਛਾ, ਸਖਤ ਨੇ ਜੀ। ਤੇ ਇਹ ਇੱਕ ਦੋ ਵਾਰੀ ਚੱਲੇ ਵੀ ਨਾ, ਫਿਰ ਇਨਸ਼ਾ ਅੱਲਾ ਆਪਣੀ ਲੈਣ ਤੇ ਠੀਕ ਹੋ ਜੀ। ਠੀਕ ਹੋ ਗਿਆ। ਲੋ ਜਨਾਬ, ਬਾਤੋ ਸਾਹਿਬ ਨੇ ਪੂਰੀ ਜਿਹੜਾ ਨਾ ਲੈਣ ਦੀ ਮਸ਼ੀਨ, ਫਲੈਕਸੀਬਲ ਮਸ਼ੀਨ ਹੈ ਤੇ 1500 ਰੁਪਏ ਰੇਟ ਆ ਤਾਂ ਭਾਈ ਨੇ ਜਿਹੜਾ ਨਾ ਲਈ ਹੈ। ਹੁਣ ਦੇਖਨੇ ਆ ਜਨਾਬ, ਲੋਕਾਂ ਨੂੰ ਕੀ ਕਹੋ ਜੇ? ਅਸੀਂ ਲੋਕਾਂ ਨੂੰ ਕਹਾਂਗੇ ਜਿਹਨੂੰ ਜਿਹਨੂੰ ਸੰਦ ਵਰਦੇ ਕਰਦੇ ਨੇ, ਕਰੋ ਵਰਦੇ ਜੇ, ਬਹਿ ਕੇ ਇੱਥੇ ਕਾਊਂਟਰ 'ਚ ਟਰਾਈ ਤਾਂ ਕਰੋ ਸਰਕਾਰ। ਲਓ ਜੀ, ਐਂ ਆਤਫ ਭਾਈ ਟਰਾਈ ਕਰਨ ਲਈ ਇਹਦੇ ਕਾਊਂਟਰ 'ਤੇ ਬਹਿ ਕੇ। ਕਿਆ ਹੀ ਬਾਤ ਹੈ, ਆਤਫ ਸਾਹਿਬ ਸੋਹਣੇ ਲੱਗਦੇ ਪਏ, ਕਰੀ ਜਾਓ ਹਾਂ ਜਨਾਬ। ਓਏ ਆਤੀ ਤੂੰ ਤਾਂ ਉਂਝ ਯਾਰ, ਉਂਝ ਸਰਕਾਰ ਤੁਸੀਂ ਤਾਂ ਪਤਲੇ, ਤੁਹਾਨੂੰ ਤਾਂ ਲੋੜ ਹੀ ਕੋਈ ਨਹੀਂ ਵਰਦੇ ਦੀ। ਮੋਟਾਪੇ ਵਾਸਤੇ ਇਹ, ਅੱਜ ਨਾਸਰ ਵਰਗੇ ਮੋਟੇ ਮੋਟੇ ਬੰਦੇ ਠੀਕ ਹੋ ਗਿਆ। ਤੇ ਸਰਕਾਰ ਕਿਆ ਮਹਿਸੂਸ ਕਰਦੇ ਵਰਜਿਸ਼ ਕਰਕੇ? ਅੱਛਾ, ਲੈਣੀ ਚਾਹੀਦੀ ਪ੍ਰੋਡਕਟ ਇਹੋ ਜੀ? ਜ਼ਬਰਦਸਤ ਹੋ ਗਿਆ। ਲਓ ਜੀ, ਆਤਫ ਸਾਹਿਬ ਨੇ ਪੂਰੀ ਵਰਜਿਸ਼ ਵਾਲੀ ਮਸ਼ੀਨ ਦਿਖਾਈ ਹੈ ਤੇ ਇਹ ਬੜੀ ਫਲੈਕਸੀਬਲ ਹੈ, ਨਰਮ ਰਬੜ ਇਹਦੀ ਲੱਗੀ ਸਾਰੀ ਜੀ, ਬਾਕੀ ਪੈਰ ਤੇ ਕੋਈ ਨਹੀਂ ਲੱਗਦੀ ਹੈ, ਪੈਰ ਤੇ ਨਹੀਂ ਲੱਗਦੇ। ਉਂਝ ਐ ਵੀ ਆਰਾਮਦਾਇਕ ਆ ਜੀ, ਨਾ ਸਰ ਹੁਣ ਕਰਨ ਲਿਆ ਤੇ ਇਹ ਵੀ ਦੇਖਣਾ ਵਰਦਾ, ਸਰਕਾਰ ਕਰੋ ਹਾਂ ਲੰਮਿਆ ਪੈ ਕੇ ਤਾਰਾ ਵਰਦਾ, ਸਰਕਾਰ ਕਰੋ ਹਾਂ। ਏ ਲੋ ਜਨਾਬ, ਥੱਲੇ ਲੇਟ ਨਾ ਜੇ ਸਰਕਾਰ, ਫੇਰ ਹੋਣੀ ਹੈ ਇੰਜ ਨਹੀਂ ਹੈ, ਨਹੀਂ ਨਹੀਂ ਥੱਲੇ ਲੇਟ ਨਾ, ਫੇਰ ਹੋਣੀ ਹੈ। ਐ ਜਨਾਬ, ਤੇਰੀ ਕਿਉਂ ਰਹਿਣ ਦੀ ਹੈ, ਤੁਹਾਡੀ ਸਰਕਾਰ ਕਿਉਂ? ਉਹ ਅੱਜ ਪੈਰ ਹੀ ਬੜੇ ਬੜੇ ਵੱਡੇ ਤੇ ਤਰੋੜ ਨਾ ਸਾਡੇ ਸਪਰਿੰਗ ਕਿਰੇ ਉੱਟ ਕੇ ਮੂੰਹ ਦਿਨ ਬੋਲ ਸਰਕਾਰ ਲੇਟ ਕੇ। ਐ ਲੋ ਜੀ, ਨਸਰ ਵੀ ਵਰਦੇ ਨਸਰ, ਐਂਜੀ ਐਂਜੀ ਪੇਟ ਦੀ ਵਰਦੇ ਸੀ, ਸਰਕਾਰ ਪਿੱਛੇ ਜਾਣਾ, ਸਾਰਾ ਸਾਰਾ ਪਿੱਛੇ ਜਾਣਾ, ਐ ਵਰਦਾ ਸੀ ਜਨਾਬ। ਪੇਟ ਦੀ ਹੱਥ ਸਭ ਇੰਜ ਵਰਜਿਸ਼ ਕਰੀ ਦੀ ਜੇ ਤੁਸੀਂ ਆਖਦੇ ਨਹੀਂ, ਤੁਹਾਡੇ ਕੋਲ ਖਿੱਚਣ ਨਹੀਂ ਹੋਈ, ਵੇਖੇ ਜਿਹਦੇ ਕੋਲ ਤਾਕਤ ਕਿੰਨੀ ਜ਼ੋਰ ਖਿੱਚਦਾ ਪਿਆ, ਅੱਜ ਤੂੰ ਵਰਜਿਸ਼ ਕਰੇ ਤੇਰਾ ਪੇਟ ਨਾਲ ਬਹਿ ਜਾ ਬਿਲਕੁਲ, ਤੂੰ ਪਤਲਾ ਹੋ ਜੇ। ਐਸਾ ਕੈਸਾ ਫੀਲ ਕਰ ਰਹੇ ਹੋ? ਵਾਲੇ ਕੰਮ ਕਿ ਕੋਈ ਇੰਨਾ ਲੋ ਜਨਾ, ਮਜ਼ੇਦਾਰ ਕੰਮ ਨਾਲ ਖੇਡ ਦੀ ਖੇਡ ਤੇ ਨਾਲੇ ਵਰਦਿਸ਼ ਦੀ ਵਰਦਿਸ਼। ਆਈ ਸਾਹਿਬ, ਸਹਾ ਤੇ ਕੇ ਪੋਲੀ ਏ ਤੇ ਇਹ ਤੁਸੀਂ ਵਰਦਿਸ਼ ਸਰਕਾਰ ਕਰਿਆ ਕਰੋ, ਰੋਜ਼ਾਨਾ ਤੁਹਾਡਾ ਪੇਟ ਗੈਬ ਹੋ ਜਾਏਗਾ ਤੇ ਮੋਟਾਪਾ ਫੂਕ ਜਿਹੜੀ ਚੜ੍ਹੀ ਇਹਨੇ ਤੁਹਾਨੂੰ ਇਹ ਵੀ ਲੈ ਜਾਏਗੀ ਸਾਰੀ।
ਓਏ ਹੋਏ ਹਾਜੀ ਸਾਹਿਬ ਨੇ ਫੁੱਲ ਖੇਸ ਛੇੜੇ ਆ ਸਰਕਾਰ ਸਪਰਿੰਗ ਨੂੰ, ਕਿਆ ਹੀ ਬਾਤ ਹੈ, ਹਾਜੀ ਸਾਹਿਬ ਜ਼ੋਰ ਤਾਂ ਪੂਰਾ ਲੱਗਦਾ ਹੈ ਨਾ। ਲੋ ਜੀ ਹਾਜੀ ਹਾਜੀ ਸਾਹਿਬ ਦੀ ਲੱਤਾਂ ਹੀ ਚੁੱਕਤੀਆਂ, ਲੱਤਾਂ ਹੀ ਚੁੱਕਤੀਆਂ ਹਾਜੀ ਸਾਹਿਬ। ਸਰਕਾਰ ਹੋਰ ਬਸ ਕਰ ਖਲੋਗੋ ਤਰੋੜੀ ਹਾਜੀ ਹਰਾਂ ਨੇ, ਉਹ ਪਹਿਲੀ ਤਰੋੜੀ ਮਲਕ ਦੌਰਾਨ ਦੀ ਆਦਤ ਦੀ ਵਰਜ਼ਿਸ਼ ਟੁੱਟੀ ਜੀ ਉਹ ਸਰਕਾਰ ਤਰੋੜ ਥੜੀ ਜੀ, ਉਸ ਗਰੀਬ ਨੇ ਇੱਕ ਦਿਨ ਦੀ ਵਰਜ਼ਿਸ਼ ਨਹੀਂ ਕੀਤੀ ਹੈ। ਲੋ ਜੀ ਪਹਿਲੇ ਦਿਨ ਦੀ ਰਬੜ ਤਰੋੜ ਘਰ ਚ ਫੜਾਈ ਅਗਲਿਆਂ ਭਾਈ, ਇਹ ਤਾਂ ਉਹਨਾਂ ਨੇ ਸਰਕਾਰ ਭਾਈ ਕੈਸਾ ਮਹਿਸੂਸ ਕੀਤਾ ਜੇ ਥੱਕ ਗਏ ਹੋ? ਅੱਛਾ ਲੋ ਜਨਾਬ ਭਾਜੀ ਜਿਹੜੇ ਥੱਕ ਗਏ ਇਹਨਾਂ ਨੇ ਰਬੜ ਤਰੋੜ ਘਰ ਚ ਫੜਾਈ, ਉਹ ਵੇਖ ਲਓ ਹੁਣ ਰਬੜ ਜਿਹੜੀ ਇਹਨਾਂ ਨਾਲ ਪਤਾ ਨਹੀਂ ਜੁੜਦੀ ਕਿ ਨਹੀਂ, ਤਾਂ ਮਲਕ ਦਿਨਾਨ ਦੀ ਹੈ ਅਤੇ ਬਿਹਤਰ ਇਹ ਹੀ ਹੈ ਕਿ ਜਿਹੜਾ ਨਾ ਉਹਨੂੰ ਪੈਕ ਕਰਤਾ ਜੇ ਅੱਤਰ ਸਾਹਿਬ ਸੋਹਣੀ ਜਿਹੜੀ ਪੈਕ ਕਰੋ, ਮਲਕ ਦਿਨਾਨ ਆਪੋ ਆ ਕੇ ਲੈ ਜਾਏਗਾ, ਇਹ ਨਾ 1500 ਰੁਪਇਆ ਦੇਣਾ ਪੈ ਜੇ। ਹਾਂ ਸਾਹਿਬ ਤੁਸੀਂ ਚਸ ਲੈ ਲਈ, ਪੈਸੇ ਪੂਰੇ ਹੋ ਗਏ ਤੁਹਾਡੇ, ਕੀ ਹਾਲ ਜੇ ਹੈ ਮਲਕ ਦਿਨਾਨ ਰਾਜੇ ਦਾ ਯਾਰ, ਕੱਲ੍ਹ ਵੀ ਦੇ ਇਹ ਤਸਵੀਰ ਉੱਤੇ ਲੱਗੇ ਇਹ ਤਰੀਕੇ ਨੇ ਵਰਜਿਸ਼ ਕਰਨ ਦੇ, ਦੂਜੀ ਸਾਈਡ ਵੀ ਕਰੋ ਸਰਕਾਰ, ਇਹ ਕੰਪਨੀ ਦਾ ਨਾਂ ਜੇ ਤੁਸੀਂ ਮੰਗਵਾਉਣੀ ਹੋਈ ਤਾਂ ਮੰਗਵਾ ਲਿਓ ਜਨਾਬ। ਲਓ ਜਨਾਬ